ਸਤਿ ਸ਼੍ਰੀ ਅਕਾਲ, ਪੰਜਾਬ ਸਿੰਘ ਦੇ ਚੈਨਲ 'ਤੇ ਤੁਹਾਡਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ। ਅਤੇ ਇਵੇਂ ਕਿ ਆਪਣੇ ਚੈਨਲ ਦੀ ਤਿਆਰੀ ਚੱਲ ਰਹੀ ਹੈ, ਪਹਿਲਾਂ ਤੋਂ UGC ਨੈੱਟ ਮਾਸਟਰ ਕੈਡਰ ਪੰਜਾਬੀ, ਅਤੇ ਪੰਜਾਬੀ ਨਾਲ ਸੰਬੰਧਿਤ ਕੋਈ ਵੀ ਇਮਤਿਹਾਨ ਕਿਤੇ ਹੋ ਰਿਹਾ ਉਹਦੀ ਕੋਸ਼ਿਸ਼ ਕਰਦੇ ਹਾਂ ਆਪਣੇ ਚੈਨਲ 'ਤੇ ਤਿਆਰੀ ਕਰਵਾਉਣ ਦੀ, ਅਤੇ ਨਿੱਕੀ ਜਿਹੀ ਇੱਕ ਅਗਵਾਈ ਕਰਨ ਦੀ ਕੋਸ਼ਿਸ਼ ਸਾਡੇ ਵੱਲੋਂ ਅਤੇ ਮਿਹਨਤ ਤੁਹਾਡੇ ਵੱਲੋਂ ਚੱਲਦੀ ਰਹਿਣੀ ਹੈ ਅਤੇ ਚੱਲਦੀ ਕਰਦੇ ਰਹਾਂਗੇ ਕਿ ਆਪਾਂ ਜਿਵੇਂ ਜਿਵੇਂ ਦੇਖਿਆ ਕਿ ਕੱਲ੍ਹ ਦਾ ਜਿਹੜਾ ਇਮਤਿਹਾਨ ਹੋਇਆ CTET ਦਾ ਪੰਜਾਬੀ ਦੇ ਵਿੱਚ, ਖਾਸ ਤੌਰ 'ਤੇ ਜਿਨ੍ਹਾਂ ਨੇ ਪਹਿਲੀ ਭਾਸ਼ਾ ਚੁਣੀ ਹੋਈ ਸੀਗੀ, ਤਕਰੀਬਨ ਦੇਖ ਚੁੱਕੇ ਹਾਂ ਕਿ ਨੈੱਟ ਦੇ ਉੱਪਰ, ਯੂਟਿਊਬ ਦੇ ਉੱਪਰ ਸਾਰੇ ਹੀ ਸਬਜੈਕਟਾਂ ਦੀਆਂ ਆਪੋ ਆਪਣੀਆਂ ਸੰਭਾਵਿਤ ਉੱਤਰ ਪੱਤਰੀਆਂ ਪਾ ਚੁੱਕੇ ਨੇ, ਅਤੇ ਪੰਜਾਬੀ ਬਾਰੇ ਲੱਭੇ ਤੋਂ ਕੁਝ ਲੱਭਦਾ ਨਹੀਂ, ਬੜਾ ਦੁੱਖ ਹੁੰਦਾ। ਅਤੇ ਆਪਣੀ ਇਹੋ ਕੋਸ਼ਿਸ਼ ਆ ਕਿ ਜੋ ਕੁਝ ਨਹੀਂ ਲੱਭ ਰਿਹਾ ਪੰਜਾਬੀ ਬਾਰੇ, ਆਪਾਂ ਆਪਣੇ ਚੈਨਲ 'ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਤੁਹਾਡਾ ਸਾਥ ਤਾਂ ਚਾਹੀਦਾ ਗਾ। ਅਤੇ ਵੀਡੀਓ ਦੇਖਣ ਤੋਂ ਪਹਿਲਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਓ, ਕਿਉਂਕਿ ਕਾਫੀ ਹੱਦ ਤੱਕ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕਰਾਂਗੇ ਕਿ 90 ਤੋਂ 99 ਫੀਸਦੀ ਦੇ ਵਿਚਕਾਰ ਸਾਡਾ, ਦੇਖੋ 90 ਤਾਂ ਕਿਹਾ ਗਾ ਕਿਉਂਕਿ ਪਤਾ ਨਹੀਂ ਜਿਹੜਾ CTET ਵਾਲਿਆਂ ਦਾ ਜੋ ਸੋਚ ਆ ਜਾਂ ਉਸ ਹਿਸਾਬ ਨਾਲ ਪੈਡਾਗੋਜੀ ਦੇ ਵਿੱਚ ਉਹ ਸਮੱਸਿਆ ਆ ਸਕਦੀ ਹੈ, ਬਾਕੀ ਆਪਾਂ ਹੱਲ ਕਰਾਂਗੇ ਸਾਰਾ, ਠੀਕ ਆ। ਅਤੇ 99% 'ਤੇ ਤਾਂ ਰੁਕੋਗੇ ਕਿਉਂਕਿ 100% 'ਤੇ ਪਰਮਾਤਮਾ ਦਾ ਨਾਮ ਆ, ਉਸ ਤੋਂ ਅੱਗੇ ਉੱਪਰ ਕੁਝ ਨਹੀਂ। ਅਤੇ ਇਸੇ ਨਾਤੇ ਪੰਜਾਬੀ ਦੇ ਨਾਤੇ, ਪੰਜਾਬੀ ਬੋਲੀ ਦੇ ਲਈ ਤੁਸੀਂ ਸ਼ੇਅਰ ਵੱਧ ਤੋਂ ਵੱਧ ਕਰਨਾ। ਦੇਖੋ ਸਾਹਮਣੇ ਪੈਰਾ ਪੜੋਂਗੇ, ਜਿਹੜਾ ਪੈਰਾ ਦਿੱਤਾ ਹੋ ਗਿਆ ਪੰਜਾਬ ਦੀਆਂ ਜਿਹੜੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਉਹਦੇ ਨਾਲ ਸੰਬੰਧਿਤ ਹੈ, ਅਤੇ ਉਹਨੂੰ ਤੁਸੀਂ ਪੜ੍ਹ ਵੀ ਲਵੋਗੇ, ਪੜ੍ਹ ਵੀ ਲਓ, ਕਈਆਂ ਕੋਲ ਆਪਣੀ ਉੱਤਰ ਪੱਤਰੀ ਪਈ ਹੋਣੀ, ਉਹਨੂੰ ਦੇਖ ਵੀ ਲਵੋ, ਉਹਨਾਂ ਸਕਰੀਨ 'ਤੇ ਪੜ੍ਹ ਵੀ ਰਹੇ ਹੋਵੋਗੇ। ਅਤੇ ਕੋਈ ਐਡਾ ਔਖਾ ਨਹੀਂ ਸੀਗਾ, ਬੜਾ ਸੌਖਾ ਜਿਹਾ ਸੀਗਾ CTET ਦੇ ਵਿੱਚ। ਅਤੇ ਆਪਾਂ ਹੁਣ ਇਹਦਾ ਜਵਾਬ ਆਪਾਂ 99% ਸ਼ੁਰੂ ਕਰ ਲੈਂਦੇ ਹਾਂ। ਦੇਖੋ ਜਦੋਂ ਦਰਿਆਵਾਂ ਦੀ ਗੱਲ ਕਰਦੇ ਹਾਂ, ਕਿਸ ਇਲਾਕੇ ਨਾਲ ਸੰਬੰਧ ਨਹੀਂ ਪੰਜਾਬ ਦੇ ਦਰਿਆਵਾਂ ਦਾ? ਅਤੇ ਦੇਖੋ ਮਾਝਾ, ਦੁਆਬਾ, ਇਹ ਤਾਂ ਕੋਈ ਦਿੱਕਤ ਹੈ ਹੀ ਨਹੀਂ ਕਿ ਕਿਵੇਂ ਨਾਲ ਸੰਬੰਧ ਹੋਵੇ ਨਾਲ। ਮੁਲਤਾਨ ਸਾਡਾ ਜਦੋਂ ਦੇਸ਼ ਵੰਡ ਤੋਂ ਪਹਿਲਾਂ ਦੀ ਗੱਲ ਆ, ਇਹ ਮੈਂ ਉਹਨਾਂ ਲਈ ਕਹਿ ਰਿਹਾ ਜਿਨ੍ਹਾਂ ਨੂੰ ਉੱਥੋਂ ਆਪਣੇ ਆਪ ਸਮਝ ਹੈਗੀ ਆ, ਪਰ ਪਹਿਰਾ ਪੜ੍ਹ ਕੇ ਦੇਖੋਗੇ ਉੱਥੇ ਵੀ ਤੁਹਾਨੂੰ ਇਹਦਾ ਜਵਾਬ ਮਿਲ ਜਾਣਾ। ਅਤੇ ਇਹਨਾਂ ਦੇ ਵਿੱਚੋਂ ਜਿਹੜਾ ਸਾਡਾ ਜਵਾਬ ਆ, ਕਿਹੜਾ ਇਲਾਕੇ ਦਾ ਸੰਬੰਧ ਨਹੀਂ ਹੈਗਾ ਜੀ? ਉਹ ਮਗਧ, ਠੀਕ ਹੈ ਨਾ ਜੀ? ਅਤੇ ਆਪਣੇ ਆਪਣੀ ਉੱਤਰ ਪੱਤਰੀ ਮਿਲਾਉਂਦੇ ਰਹੋ। ਗ੍ਰੀਅਰਸਨ ਨੇ ਪੰਜਾਬੀ ਭਾਸ਼ਾ ਬਾਰੇ ਕਿਸ ਪ੍ਰਾਂਤੀ ਨੂੰ ਪੈਦਾ ਕੀਤਾ, ਮਤਲਬ ਇੱਕ ਭੁਲੇਖਾ ਜਿਹਾ ਪੈਦਾ ਕਰਤਾ ਸੀਗਾ, ਇਹ ਕਾਫੀ ਮਸਲਾ ਉਲਝਿਆ ਹੋਇਆ, ਨੈੱਟ ਵਾਲੇ ਤਾਂ ਜਾਣਦੇ ਨੇ ਸਾਰੇ। ਅਤੇ ਜਿਹੜੇ ਇਹਦੇ ਵਿਕਲਪ ਦਿੱਤੇ ਗਏ ਨੇ ਜੀ, ਇਹਨਾਂ ਦੇ ਵਿੱਚੋਂ ਉਲਝਾਉਣ ਦੀ ਖਾਤਰ ਐਵੇਂ ਪਾਇਆ ਹੋਇਆ ਨਿੱਕੀਆਂ ਨਿੱਕੀਆਂ ਗੱਲਾਂ ਨੇ। ਅਤੇ ਗ੍ਰੀਅਰਸਨ ਨੇ ਕਿਹਾ ਸੀ ਕਿ ਲਹਿੰਦੇ ਪਾਸੇ ਦੀ ਬੋਲੀ ਨੂੰ ਪੰਜਾਬੀ ਵਿੱਚੋਂ ਕੱਢ ਦਿੱਤਾ ਸੀ, ਉਹ ਲਹਿੰਦੀ ਬੋਲੀ ਨੂੰ ਅਲੱਗ ਮੰਨਦਾ ਗਾ ਅਤੇ ਆਪਣੇ ਵਾਲੀ ਪੰਜਾਬੀ ਨੂੰ ਅਲੱਗ ਮੰਨਦਾ, ਲਹਿੰਦੇ ਤੋਂ ਭਾਵ ਪਾਕਿਸਤਾਨ ਵਾਲੀ, ਠੀਕ ਹੈ ਨਾ? ਇਹਦਾ ਉੱਤਰ ਆ, ਪਹਿਲਾ ਹੀ ਉੱਤਰ ਸਹੀ ਹੈ ਜੀ, ਬਿਲਕੁਲ ਨਹੀਂ ਉਲਝਣਾ, 100% ਇਹ ਜਵਾਬ ਦੋਨੇ ਸਹੀ ਨੇ। ਅਤੇ ਅਗਲੀ ਗੱਲ ਕਰ ਲੈਂਦੇ ਆਪਾਂ, 93 ਪ੍ਰਸ਼ਨ ਆਪਣੇ ਕੋਲ, 93 ਪ੍ਰਸ਼ਨ ਜਿਹੜਾ ਆ ਰਿਹਾ ਜੀ। ਇਸ ਪਹਿਰੇ ਦੇ ਵਿੱਚ ਕਿਸ ਕਵੀ ਦੀਆਂ ਸਿਰਫੀਆਂ ਦਾ ਜ਼ਿਕਰ ਆਇਆ ਜੀ? ਅਲੀ ਹੈਦਰ ਦਾ ਜ਼ਿਕਰ ਆਇਆ। ਜੇ ਤੁਸੀਂ ਪਹਿਰਾ ਪੜ੍ਹਦੇ ਹੋਵੋਗੇ, ਪਹਿਰਾ ਪੜ੍ਹਦੇ ਇੱਥੇ ਕਿਤੇ ਗੱਲ ਹੋਈ ਸੀਗੀ ਪਹਿਰੇ ਦੇ ਵਿੱਚ, ਤੁਸੀਂ ਦੇਖ ਵੀ ਲਓ, ਠੀਕ ਹੈ ਨਾ? ਅਤੇ ਸ਼ਾਇਦ ਉੱਪਰ ਲਿਖਿਆ ਹੋਣਾ, ਇੱਥੇ ਦੇਖ ਲੈਂਦੇ ਆਪਾਂ। ਹਾਂ, ਆ ਤਾਂ ਗ੍ਰੀਅਰਸਨ ਵਾਲਾ ਹੋ ਗਿਆ, ਪਰ ਇਹ ਠੀਕ ਨਹੀਂ ਕਿਉਂਕਿ ਲਹਿੰਦੀ ਪੰਜਾਬੀ ਦਾ ਨਿੱਘਰ ਅੰਗ ਹੈ। ਦੇਖੋ ਜਾਣ ਬੁੱਝ ਕੇ ਭੁਲੇਖਾ ਪਾਉਣ ਦੀ ਖਾਤਰ ਉੱਥੇ ਗੱਲ ਕੀਤੀ ਸੀ, ਗ੍ਰੀਅਰਸਨ ਨੇ ਲਹਿੰਦੀ ਨੂੰ ਬਾਹਰ ਕੀਤਾ, ਇਹ ਗੱਲ ਨੂੰ ਵੀ ਯਾਦ ਰੱਖਣਾ, ਠੀਕ ਹੈ? ਆ ਦੇਖੋ ਲਿਖਿਆ ਨਾ, ਮੁਲਤਾਨ ਦੇ ਅਲੀ ਹੈਦਰ ਦੀਆਂ ਸਿਰਫੀਆਂ ਨੂੰ ਕੌਣ ਨਹੀਂ ਜਾਣਦਾ, ਹੈ ਨਾ? ਕੌਣ ਕਹਿ ਸਕਦਾ ਕਿ ਮੁਲਤਾਨ ਦੇ ਅਲੀ ਹੈਦਰ ਦੀਆਂ ਸਿਰਫੀਆਂ ਪੰਜਾਬੀ ਨੇ? ਕਿੱਡੀ ਸੋਹਣੀ ਗੱਲ ਕੀਤੀ ਆ। ਅਤੇ ਸਾਡੇ ਕੋਲ ਜਵਾਬ ਇੱਥੇ ਆ ਜੀ, ਅਲੀ ਹੈਦਰ ਦੀਆਂ ਸਿਰਫੀਆਂ ਨੇ। ਅਤੇ ਬਿਲਕੁਲ ਬਿਨਾਂ ਸ਼ੱਕ 100% ਇਹ ਵੀ ਸਹੀ ਜਾ ਰਿਹਾ ਜੀ ਜਵਾਬ। ਪੂਰਬੀ ਪੰਜਾਬ ਦੇ ਕਿਹੜੇ ਹਿੱਸੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ? ਦੇਖੋ ਉਪ ਬੋਲੀਆਂ ਦੀਆਂ ਜਿੰਨੀਆਂ ਵੀ ਆਪਣੇ ਕੋਲ ਵੀਡੀਓ ਪਾਈਆਂ ਹੋਈਆਂ ਨੇ ਤੁਹਾਨੂੰ ਮਿਲ ਜਾਣਗੀਆਂ ਆਪਣੇ ਚੈਨਲ 'ਤੇ। ਕੋਸ਼ਿਸ਼ ਕਰਾਂਗੇ ਆਈ ਬਟਨ ਦੇ ਵਿੱਚ ਤੁਹਾਨੂੰ ਲਿੰਕ ਦੇ ਦੇਵਾਂਗੇ ਆਪਾਂ ਇੱਥੇ, ਠੀਕ ਹੈ ਨਾ? ਅਤੇ ਪੋਠੋਹਾਰ ਅਤੇ ਝੰਗ ਦੀ ਗੱਲ ਕਰਦੇ ਹਾਂ, ਅਤੇ ਇਹਦਾ ਚਲੇ ਗਏ ਪਾਕਿਸਤਾਨ, ਪੱਛਮੀ ਪੰਜਾਬ ਦੇ ਵਿੱਚ ਚਲੇ ਗਏ, ਮਾਲਵਾ ਅਤੇ ਦੁਆਬੇ ਦੇ ਵਿੱਚ। ਅਤੇ ਕਿਉਂਕਿ ਮਾਲਵਾ ਅਤੇ ਦੁਆਬਾ ਉਹ ਅਲੱਗ ਅਲੱਗ ਉਪ ਬੋਲੀਆਂ ਨੇ, ਅਤੇ ਪੂਰਬੀ ਪੰਜਾਬ ਦੇ ਕਿਹੜੇ ਉਪ ਵਿਸ਼ਿਆਂ ਵਿੱਚ ਅਸੀਂ ਪੈਰਾਗ੍ਰਾਹ ਜਿਹਾ ਦਿੱਤਾ ਉਹਦੇ ਮੁਤਾਬਕ ਦੇਖਣਾ। ਰੋਪੜ ਅਤੇ ਰੋਪੜ ਅਤੇ ਇੱਥੇ ਜਵਾਬ ਆਇਆ ਸੀ ਪਹਿਰੇ ਦੇ ਵਿੱਚ, ਤੁਸੀਂ ਦੇਖ ਵੀ ਲਿਆ ਹੋਣਾ। ਪੂਰਬ ਵਾਲੇ ਪਾਸੇ ਅੰਬਾਲੇ ਦੇ ਜ਼ਿਲ੍ਹੇ ਵਿੱਚ ਰੋਪੜ ਅਤੇ ਖਰੜ ਦੀਆਂ ਤਹਿਸੀਲਾਂ ਪੰਜਾਬੀ ਬੋਲੀਆਂ ਨੇ, ਰੋਪੜ ਅਤੇ ਖਰੜ, ਠੀਕ ਹੈ ਜੀ? ਹੋ ਗਿਆ ਸੀ ਆਪਣੇ ਕੋਲ ਅਲੀ ਹੈਦਰ ਹੋ ਗਿਆ ਸੀ, ਰੋਪੜ ਅਤੇ ਖਰੜ ਹੋ ਗਿਆ। ਪ੍ਰਸ਼ਨ 94 ਅਤੇ 95 ਦੇਖੀਏ, ਇਸ ਮੁਲਕ ਦੀਆਂ ਹੱਦਾਂ ਬਦਲਦੀਆਂ ਆਈਆਂ ਹਨ, ਅਤੇ ਇਸ ਵਾਕ ਵਿੱਚ ਇਸ ਕੀ ਆ? ਦੇਖੋ ਜੀ, ਇਸ ਕੀ ਆ? ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਨਿਪਾਤ ਅਤੇ ਪੜਨਾਮ। ਦੇਖੋ ਵਿਸ਼ੇਸ਼ਣ ਕੀ ਹੁੰਦਾ, ਵਿਸ਼ੇਸ਼ਣ ਕੀ ਆ, ਕਿਰਿਆ ਵਿਸ਼ੇਸ਼ਣ ਕੀ ਆ, ਅਤੇ ਪੜਨਾਮ ਕੀ ਆ, ਸਾਰੀ ਦੀ ਸਾਰੀ ਵਿਆਕਰਨ ਆਪਣੇ ਚੈਨਲ 'ਤੇ ਮਿਲ ਜਾਣੀ ਆ। ਆਈ ਬਟਨ ਦੇ ਵਿੱਚ ਕੋਸ਼ਿਸ਼ ਕਰਾਂਗੇ, ਬਾਕੀ ਤੁਸੀਂ ਪਲੇਲਿਸਟ ਚੈੱਕ ਕਰ ਸਕਦੇ ਹੋ। ਨਿਪਾਤ ਹੋ ਹੀ ਨਹੀਂ ਸਕਦੇ ਕਿਉਂਕਿ ਉਹ ਸ਼ਬਦ ਹੁੰਦੇ ਨੇ ਜਿਹੜੇ ਹੀ ਵੀ, ਹੈ ਨਾ, ਇਸ ਤਰ੍ਹਾਂ ਦੇ ਸ਼ਬਦ ਨੇ, ਉਹਦੇ ਬਾਰੇ ਵੀ ਆਪਾਂ ਗੱਲ ਕਦੇ ਫੇਰ ਕਰਾਂਗੇ। ਹੁਣ ਆਪਾਂ ਸਿਰਫ ਅਤੇ ਸਿਰਫ ਇਹਦੇ ਵਿੱਚ ਇਹ ਦੇਖਣਾ ਕਿ ਕੀ ਆ, ਇਹ ਪੜਨਾਮ ਦੀਆਂ ਕਿਸਮਾਂ ਦੇ ਵਿੱਚ ਆ ਗਿਆ। ਇਸ ਸ਼ਬਦ ਪੜਨਾਮ ਦੀ ਕਿਸਮਾਂ ਦੇ ਵਿੱਚ ਆਉਂਦਾ ਜੀ। ਪੜਨਾਮ ਦੀ ਕਿਹੜੀ ਕਿਸਮ ਉਹ ਤੁਸੀਂ ਦੱਸ ਦੇਣੀ ਆ ਕਮੈਂਟ ਕਰਕੇ, ਜਿੰਨਾ ਕੁ ਪੜ੍ਹੇ ਵੇ ਹੋ, ਹੈ ਨਾ? ਪੜ੍ਹੇ ਵੇ ਹੋ, ਬਹੁਤ ਪੜ੍ਹੇ ਵੇ ਹੋ ਜੀ, ਬਹੁਤ ਮਿਹਨਤ ਕੀਤੀ ਆ ਤੁਸੀਂ।
ਕਿਹੜਾ ਦਰਿਆ ਅੱਜ ਹੋਂਦ ਵਿੱਚ ਨਹੀਂ ਹੈ? ਜੇਹਲਮ, ਅਟਕ, ਗੋਦਾਵਰੀ, ਦੇਖੋ ਹੋਂਦ ਵਿੱਚ ਨਹੀਂ ਹੈ ਇਹਨਾਂ ਦੀ। ਹੁਣ ਗੋਦਾਵਰੀ ਨੂੰ ਜਾਣ ਬੁੱਝ ਕੇ ਇੱਥੇ ਪਾਇਆ ਗਿਆ, ਜੇਹਲਮ ਤਾਂ ਚਲੋ ਖੈਰ ਨਕਸ਼ੇ 'ਤੇ ਵੀ ਆਪਾਂ ਦੇਖ ਲੈਂਦੇ ਹਾਂ, ਅਟਕ ਦੀ ਗੱਲ ਕਰਦੇ ਹਾਂ। ਹਾਂ, ਹੁਣ ਇੱਥੇ ਥੋੜ੍ਹਾ ਜਿਹਾ ਉਲਝਣ ਵਾਲੀ ਗੱਲ ਆ, ਪਰ ਪਹਿਲੇ ਦੇ ਮੁਤਾਬਕ ਉੱਥੇ ਲਿਖਿਆ ਹੋਇਆ ਜਿਹੜਾ ਸਰਸਵਤੀ ਲਿਖਿਆ, ਵੈਸੇ ਤਾਂ ਸਰਸਵਤੀ ਬਣਦਾ ਸੀ ਪਰ ਇਹ ਲਿਖਣ 'ਚ ਗਲਤੀਆਂ ਕਰ ਜਾਂਦਾ ਸੀ ਡੱਟ ਵਾਲੇ, ਸਰਸਵਤੀ ਨਦੀ ਸੁੱਕ ਚੁੱਕੀ ਹੈ ਜੀ, ਇਸ ਕਰਕੇ ਇਹ ਪਹਿਰੇ ਦੇ ਮੁਤਾਬਕ ਹੋਣ ਦੇ ਵਿੱਚ ਨਹੀਂ ਹੈਗਾ, ਅਤੇ 96ਵੇਂ ਦਾ ਜਿਹੜਾ ਸਾਡੇ ਕੋਲ ਦੂਜਾ ਜਵਾਬ ਸਹੀ ਆ। ਹੋਰ ਫਿਰ ਆਪਣੇ ਜਿਹੜੇ ਰਹਿ ਗਏ ਆਪਾਂ ਉਹ ਵੀ ਕਰ ਲਈਏ ਨਾਲ ਦੀ ਨਾਲ। ਹਾਂ, 97ਵਾਂ, ਸਰਸਵਤੀ ਨਦੀ ਕਿੱਥੇ ਵਗਦੀ ਸੀ? ਆ ਦੇਖੋ ਇੱਥੇ ਜਵਾਬ ਦੇ, ਸੀ ਤੋਂ ਭਾਵ ਮਤਲਬ ਖਤਮ ਹੋ ਗਈ ਹੈ ਨਾ, ਅਤੇ ਇਹ ਸਤਲੁਜ ਅਤੇ ਜਮੁਨਾ ਦੇ ਵਿਚਕਾਰ। ਮੈਂ ਕੋਲੋਂ ਕੁਝ ਨਹੀਂ ਕਹਿ ਰਿਹਾ, ਪੈਰੇ ਦੇ ਮੁਤਾਬਕ ਜਵਾਬ ਦਿੱਤੇ ਜਾ ਰਿਹਾ ਜੀ। ਸਰਸਵਤੀ ਕਿੱਥੇ ਵਗਦੀ ਸੀ? ਆਹ ਦੇਖੋ ਸਕਰੀਨ 'ਤੇ ਆ ਗਿਆ, ਜੋ ਕਿ ਕਦੇ ਸਤਲੁਜ ਅਤੇ ਜਮੁਨਾ ਦੇ ਵਿਚਕਾਰ ਵਗਦੀ ਸੀ, ਇਸ ਕਰਕੇ ਸਾਡੇ ਕੋਲ ਜਿਹੜਾ ਜਵਾਬ ਆ ਜੀ ਇਹਦਾ, ਜਾਂ ਸਤਲੁਜ ਅਤੇ ਜਮੁਨਾ ਵਿਚਕਾਰ। ਇਹ ਤਾਂ ਸੌਖੇ ਸੌਖੇ ਜਿਹੇ ਨੇ। ਹਾਂ, ਉਮੀਦ ਕਰਦੇ ਸਭ ਦੇ ਸਹੀ ਹੋਣਗੇ, ਜਿਨ੍ਹਾਂ ਦੇ ਸਹੀ ਆ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ, ਜਿਨ੍ਹਾਂ ਤੋਂ ਕੋਈ ਗਲਤੀ ਹੋਈ ਆ ਉਹ ਆਪਣੇ ਚੈਨਲ ਨਾਲ ਜੁੜੇ ਰਹੋ, ਕੋਸ਼ਿਸ਼ ਕਰਾਂਗੇ ਹਰ ਇਮਤਿਹਾਨ ਦੀ। ਤਿਆਰੀ ਕਰਵਾਉਣ ਦੀ ਸਭ ਤੋਂ ਸਿੰਧੂ ਤੋਂ ਕੀ ਭਾਵ ਹੈ? ਬੜਾ ਸੌਖਾ ਸਵਾਲ, ਅੱਖਾਂ ਕਹਿੰਦੇ ਆ ਨਾ ਜਿਵੇਂ ਅੱਖਾਂ ਮੀਚ ਕੇ ਨਿਸ਼ਾਨੀ ਲਾਉਣ ਵਾਲੀ ਗੱਲ, ਅਤੇ ਸੱਤ ਦਰਿਆਵਾਂ ਦੀ ਧਰਤੀ, ਇਹ ਤਾਂ ਕੋਈ ਆਪਾਂ ਕਹਿ ਨਹੀਂ ਸਕਦੇ। ਸੱਤ ਸੱਭਿਅਤਾਵਾਂ ਦੀ ਇਹ ਜਾਣ ਬੁੱਝ ਕੇ ਹੈ ਨਾ ਉਲਝਾਉਣ ਦੀ ਖਾਤਰ ਪਾਈਆਂ ਨੇ ਗੱਲਾਂ, ਇੰਨਾ ਉਲਝਣਾ ਨਹੀਂ ਹੈਗਾ। ਅਤੇ ਅਟਕ ਦਾ ਇਲਾਕਾ ਕਿਸ ਰਾਜਨੀਤਿਕ ਖੇਤਰ ਨਾਲ ਮਿਲਾਇਆ ਗਿਆ? ਪਹਿਰੇ ਦੇ ਮੁਤਾਬਕ ਆਪਾਂ ਚੱਲੀਏ ਪਹਿਰੇ ਦੇ ਵਿੱਚ ਦੇਖ ਲੈਂਦੇ ਹਾਂ। ਚਲੋ ਵੈਸੇ ਜਵਾਬ ਤਾਂ ਮੈਂ ਸਿੱਧਾ ਵੀ ਦੇ ਸਕਦਾ ਸੀ, ਪਰ ਆਪਾਂ ਤੁਹਾਨੂੰ ਪਹਿਰੇ ਦੇ ਮੁਤਾਬਕ ਹੀ ਗੱਲ ਕਰਵਾਵਾਂਗੇ। ਅਤੇ ਇੱਥੇ ਜਵਾਬ ਦਿੱਤਾ ਹੋਇਆ ਦੇਖੋ, ਹੈ ਨਾ, ਸਰਸਵਤੀ, ਸਤਲੁਜ, ਜਮੁਨਾ, ਸਪਤ ਸਿੱਧੂ, ਸੱਤ ਦਰਿਆ, ਵਹਿੰਦੇ ਸੀ ਘੱਟ ਗਿਆ ਇਲਾਕਾ, ਮੁਲਕ ਵਿੱਚੋਂ ਅਟਕ ਦਾ ਇਲਾਕਾ ਕਾਬਲ ਨਾਲ ਰਲਾ ਦਿੱਤਾ ਗਿਆ, ਆ ਗਿਆ ਨਾ ਕਾਬਲ, ਅਤੇ ਜਵਾਬ ਇਹਦਾ ਫਿਰ ਇੱਥੇ ਪਿਆ ਹੀ ਆ ਜੀ, ਦੇਖੋ ਤੁਸੀਂ ਦੇਖ ਹੀ ਲੈਣਾ। ਹਾਂਜੀ ਹਾਂਜੀ ਹਾਂਜੀ, ਆਹ ਚੌਥਾ ਉੱਤਰ ਆ ਗਿਆ ਸਹੀ, 99ਵੇਂ ਦਾ ਉੱਤਰ ਆ ਗਿਆ ਚੌਥਾ ਕਾਬਲ ਦੇ ਨਾਲ। ਅਤੇ ਹੋਰ ਕਿਹੜੀ ਗੱਲ ਰਹਿ ਗਈ ਆਪਣੇ ਕੋਲ? ਇਹ 99 ਤੱਕ ਵਾਲੇ ਤਾਂ ਸੀਗੇ ਆਪਣੇ ਕੋਲ, ਅਤੇ ਅਗਲੇ ਦੇਖ ਲੈਂਦੇ ਆਪਾਂ, ਫਿਰ ਆਪਾਂ ਕਰ ਲਈਏ ਅਗਲਾ ਵੀ, ਕਰ ਹੀ ਲਈਏ ਨਾਲ, ਹੈ ਨਾ। ਹਾਂ, ਕਵਿਤਾ ਭਾਵ ਕਾਬਰੂ ਜਿਹੜੀ ਟੁਕੜੀ ਆ ਗਈ ਸਾਡੇ ਕੋਲ ਉਹ ਦੇਖਦੇ ਹਾਂ ਆਪਾਂ, ਅਤੇ ਦੇਖ ਲੈਂਦੇ ਫਿਰ ਇਹਦਾ ਜਵਾਬ ਵੀ ਦੇਖਣਾ ਆਪਾਂ ਖੜ ਜਾਓ ਹਜੇ ਪਹਿਲਾਂ ਦਿਨ। ਪਹਿਲਾਂ ਤਾਂ ਆਪਾਂ ਇਕੱਲੀ ਕਾਬ ਟੁਕੜੀ ਪੜ੍ਹ ਲਈ ਹੈ ਨਾ, ਕੀ ਕੀ ਦਿੱਤਾ ਹੋਇਆ ਇਹਦੇ ਵਿੱਚ ਸਕਰੀਨ 'ਤੇ ਦੇਖੋਗੇ। ਹਾਂ, ਕੰਮ ਦਿਲਿਆ ਨੂੰ ਦਿਲ ਨਾ ਭਰਿਆ ਪਰਦੇ, ਨਾ ਭਰਿਆ ਪਰਦੇ ਜਾ ਖੁਦਾ ਸਭ ਬੇਘਰਾਂ ਨੂੰ ਕਰ ਦੇ। ਇਹ ਤੁਸੀਂ ਪੜ੍ਹ ਲਉਂਗੇ, ਤੁਹਾਡੇ ਕੋਲ ਪੇਪਰ ਹੋਣਾ। ਆਪਾਂ ਜਿਹੜੀ ਗੱਲ ਕਰਨੀ ਆ, ਪ੍ਰਸੰਨ ਆ ਗਿਆ ਆਪਣੇ ਕੋਲ, ਹੈ ਨਾ, ਕੰਮ ਦਿਲਾਂ ਨੂੰ ਦਿਲ ਨਾ ਭਰਿਆ ਪਰਦੇ ਜਾ ਖੁਦਾ ਸਭ ਬੇਘਰਾਂ ਨੂੰ ਕਰ ਦੇ। ਇਹਦੇ ਵਿੱਚ ਕੀ ਆ ਜੀ, ਦੇਖੋ ਕਿਉਂਕਿ ਜਦੋਂ ਅਸੀਂ ਪੂਰਾ ਪੜ੍ਹਦੇ ਹਾਂ, ਥੋੜ੍ਹਾ ਜਿਹਾ ਜਾਣਦੇ ਹਾਂ ਪੰਜਾਬੀ ਨਾਲ ਸੰਬੰਧਿਤ, ਜਿਹੜੇ ਵਿਦਿਆਰਥੀ ਹੈਗੇ ਨੇ ਉਹਨਾਂ ਨੂੰ ਦੱਸਦੀ ਹੈ ਕਿ ਆ ਜੀ ਗਜ਼ਲ। ਗਜ਼ਲ ਦੇ ਵਿੱਚ ਮਕਤਾ ਹੁੰਦਾ, ਰਦੀਫ ਹੁੰਦਾ, ਮਤਲਾ ਹੁੰਦਾ, ਕਾਫੀਆ ਹੁੰਦਾ। ਇਹਦੇ ਬਾਰੇ ਵੀਡੀਓ ਆਪਣੇ ਚੈਨਲ 'ਤੇ ਪਹਿਲਾਂ ਪੂਰੀ ਦੀ ਪੂਰੀ ਪਾਈ ਹੋਈ ਆ ਵਿਸਥਾਰ ਦੇ ਨਾਲ, ਥੋੜ੍ਹੀ ਲੰਮੀ ਵੀਡੀਓ ਆ, ਧਿਆਨ ਨਾਲ ਦੇਖ ਲਿਓ। ਦੇਖਣ ਦੇ ਵਿੱਚ ਤੁਹਾਨੂੰ ਕਾਫੀ ਇਹ ਸਾਰੀਆਂ ਗੱਲਾਂ ਦੇ ਵਿੱਚ ਆ ਜਾਣਗੀਆਂ। ਅਤੇ ਇਹ ਆ ਜੀ ਸਾਡੇ ਕੋਲ ਮਤਲਾ। ਮਤਲਾ ਪਹਿਲਾ ਸ਼ੇਅਰ ਹੁੰਦਾ ਗਾ ਜੀ, ਗਜ਼ਲ ਦਾ ਪਹਿਲਾ ਸ਼ੇਅਰ ਮਤਲਾ ਹੁੰਦਾ ਗਾ, ਅਤੇ ਸਾਡੇ ਕੋਲ ਇਹ ਸ਼ੇਅਰ ਆ ਪਹਿਲਾ, ਅਤੇ ਇਸ ਕਰਕੇ ਇਹਦਾ ਜਵਾਬ ਮਤਲਾ ਸਹੀ ਆ ਜੀ। ਅਤੇ ਤੋਤਲੇ ਬੋਲਣ ਦਾ ਰਾਖਾ ਖੁਦ ਬਣੀ ਸੱਤਰ ਵਿੱਚ, ਰਾਖਾ ਕਿਸ ਨੂੰ ਕਿਹਾ ਗਿਆ ਜੀ? ਦੇਖੋ ਹਾਂ, ਥੋੜ੍ਹਾ ਜਿਹਾ ਸਮਝੀ ਦੇਖ ਹੀ ਲਓ ਤੁਸੀਂ, ਹੈ ਨਾ। ਤੋਤਲੇ ਬੋਲਾਂ ਦਾ ਰਾਖਾ ਖੁਦ ਬਣੀ, ਖੌਫ ਹਰ ਕਾਤਲ ਦੇ ਸੀਨੇ ਭਰਦੇ, ਕਿਉਂਕਿ ਖੁਦਾ ਦੇ ਘਰ ਦੀ ਗੱਲ ਕੀਤੀ ਗਈ ਆ, ਜਾਂ ਖੁਦਾ ਸਭ ਬੇਘਰਾਂ ਨੂੰ ਕਰਦੀ, ਖੁਦਾ ਅੱਗੇ ਦੁਆ ਕੀਤੀ ਗਈ ਆ, ਤਕਰੀਬਨ ਖੁਦਾ ਦੀ ਗੱਲ ਆ। ਬਾਕੀ ਇਹੀ ਜਵਾਬ ਆ ਮੇਰੇ ਹਿਸਾਬ ਨਾਲ, ਠੀਕ ਹੈ ਨਾ। ਹੋਰ ਫਿਰ ਆਪਾਂ ਦੇਖੀਏ ਅੱਗੇ, 102 ਸੁਹਾਗਣ ਦਾ ਵਿਪਰੀਤ ਸ਼ਬਦ, ਵਿਰੋਧੀ ਲਿਖਣਾ ਸੀਗਾ, ਪੰਜਾਬੀ 'ਚ ਲਿਖਦੇ ਤਾਂ ਚੰਗੀ ਗੱਲ ਸੀ, ਚਲੋ ਇਹਦਾ ਦੱਸਣ ਦੀ ਲੋੜ ਹੀ ਨਹੀਂ ਹੈਗੀ ਵੈਸੇ, ਹੈ ਨਾ। ਚਲੋ ਤੁਸੀਂ ਜਵਾਬ ਦੇ ਦਿਓ ਇਹਦੇ ਵਿੱਚ ਕਿਹੜਾ ਗਲਤੀ ਹੋਣੀ ਹੈ, ਉਮੀਦ ਕਰਦੇ ਸਭ ਨੇ ਸਹੀ ਜਵਾਬ ਦਿੱਤਾ ਹੋਣਾ। ਕਵਿਤਾ ਵਿੱਚ ਸਿਪਾਹੀ ਦਾ ਸੰਬੰਧ ਕਿਸ ਨਾਲ ਹੈ? ਦੇਖੋ ਕਵਿਤਾ ਦੇ ਮੁਤਾਬਕ ਦੱਸਣਾ, ਸਿਪਾਹੀ ਦਾ ਸੰਬੰਧ ਇੱਥੇ ਰੋਸ਼ਨੀ ਨਾਲ ਹੈ, ਜੰਗ ਨਾਲ ਹੈ, ਪਤਨੀ ਅਤੇ ਪਿਤਾ ਨਾਲ ਤਾਂ ਹੋ ਹੀ ਨਹੀਂ ਸਕਦਾ, ਮਤਲਬ ਹੋ ਵੀ ਸਕਦਾ ਪਰ ਆਪਾਂ ਪੈਰੇ ਮੁਤਾਬਕ ਦੇਖਣਾ। ਹਰ ਸੁਹਾਗਣ ਦਾ ਜਿੰਦਾ ਸਦਾ ਸੁਹਾਗ ਰਹੇ, ਉਹ ਐਸਾ ਤਾਂ ਹੋ ਗਿਆ ਤੋਤਲੇ ਬੋਲਾਂ, ਹਰ ਸਿਪਾਹੀ ਪਰਤ ਆਵੇ ਆਵੇ ਜੰਗ 'ਚੋਂ, ਖਾਕ ਸੇਰੇ ਚਿਹਰੇ ਫਿਰ ਰੋਸ਼ਨ ਕਰਦੇ। ਦੇਖੋ ਜਿਹੜਾ ਇੱਥੇ ਰੋਸ਼ਨੀ ਨਾਲ ਆ ਅਤੇ ਨਾ ਜੰਗ ਨਾਲ, ਦੇਖੋ ਸਿਪਾਹੀ ਦਾ ਸੰਬੰਧ ਤਾਂ ਸਿੱਧਾ ਜੰਗ ਨਾਲ ਆ, ਪਰ ਰੋਸ਼ਨੀ ਨਾਲ ਜਿਹੜੀ ਉਲਝਾਉਣ ਬੁੱਝ ਕੇ ਉਹਨੇ ਉਲਝਾਉਣ ਵਾਲੀ ਗੱਲ ਪਾਈ ਵੀ ਆ। ਬਾਕੀ ਚਲੋ ਖੈਰ, ਇੱਥੇ ਥੋੜ੍ਹਾ ਜਿਹਾ ਮੈਂ ਕਹਿ ਦਿੰਦਾ ਕਿ ਬਾਈ ਸੀ ਟੱਟ ਵਾਲਿਆਂ ਦੀ ਉੱਤਰ ਪੱਤਰੀ ਨੂੰ ਉਡੀਕ ਲਓ ਕਿ ਜੰਗ ਨਾਲ ਦੱਸਦੇ ਨੇ ਜਾਂ ਰੋਸ਼ਨੀ ਨਾਲ, ਪਰ ਵੈਸੇ ਜੰਗ ਨਾਲ ਸਹੀ ਹੈ, ਠੀਕ ਹੈ। ਰੋਸ਼ਨੀ ਨਾਲ ਵੀ ਹੋ ਸਕਦਾ ਇਹ ਗੱਲ, ਮੈਂ 100% ਨਹੀਂ ਕਹਿੰਦਾ, ਕਿਉਂਕਿ ਉਹਨਾਂ ਨੇ ਕਿਸ ਸਮੇਂ ਦੇ ਮੁਤਾਬਕ, ਜਾਂ ਇਸ ਕਵਿਤਾ ਨੂੰ ਗਜ਼ਲ ਨੂੰ ਦੇਖਿਓ, ਹੈ ਨਾ, ਗਜ਼ਲ ਨੂੰ ਪੜ੍ਹ ਕੇ ਦੇਖਿਓ ਉਹਦੇ ਅਰਥ, ਫਿਰ ਆਪਾਂ ਚਲੋ ਇੰਨਾ ਨਹੀਂ ਉਲਝਣਾ ਨਹੀਂ ਹੈਗਾ। ਚਲੋ ਇਸ ਟੁਕੜੀ ਦਾ ਕਾਵਿ ਰੂਪ ਕੀ ਹੈ ਤਾਂ ਦੱਸ ਹੀ ਚੁੱਕਿਆ ਜੀ ਤੁਹਾਨੂੰ, ਗਜ਼ਲ ਹੈ, ਬਿਨਾਂ ਸੱਕ ਇਹ 100% ਸੱਚ ਗੱਲ ਸਹੀ ਆ। ਉਮਰ ਲੰਘਦੀ ਜਾ ਰਹੀ ਹੈ ਇਹਨੂੰ ਵਰਦੇ,
ਪਹਿਲਾ ਮਿਸਰਾ ਰਦੀਫ ਮਤਲਾ ਦੂਸਰਾ ਮਿਸਰਾ ਇਹੀ ਤਾਂ ਉਲਝਣ ਵਾਲੀ ਗੱਲ ਹੈ। ਦੇਖੋ ਰਦੀਫ ਅਤੇ ਮਤਲਾ ਤਾਂ ਦੋਨਾਂ ਨੂੰ ਆਪਾਂ ਕਰ ਦਿੰਦੇ ਇੱਕ ਪਾਸੇ, ਰਦੀਫ ਨਹੀਂ ਹੈਗਾ ਅਤੇ ਮਤਲਬ ਨਹੀਂ ਹੈਗਾ। ਉਹ ਵੀਡੀਓ ਦੇਖ ਲਓ ਆਪਣੀ ਗਜ਼ਲ ਵਾਲੀ, ਪਤਾ ਲੱਗ ਜਾਣਾ ਹੈ ਨਾ ਉਹਦੇ ਬਾਰੇ, ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਪਹਿਲਾ ਮਿਸਰਾ ਅਤੇ ਦੂਸਰਾ ਮਿਸਰਾ। ਹੁਣ ਦੇਖੋ ਸ਼ੇਅਰ ਹੁੰਦਾ ਹੈ ਨਾ ਗਜ਼ਲ ਦਾ, ਜਿਹੜਾ ਸ਼ੇਅਰ ਉਹਦੇ ਵਿੱਚ ਮਿਸਰੇ ਹੁੰਦੇ ਆ, ਇੱਕ ਪਹਿਲਾ ਅਤੇ ਦੂਜਾ ਮਿਸਰਾ। ਅਤੇ ਹੁਣ ਆਪਾਂ ਗਜ਼ਲ ਨੂੰ ਇਹਨੂੰ ਪੜ੍ਹ ਲੈਂਦੇ ਹਾਂ ਦੁਬਾਰਾ, ਫਿਰ ਦੇਖ ਲੈਂਦੇ ਹਾਂ ਮਿਸਰ 'ਚ ਹੈ ਕੀ ਸੀ ਪਹਿਲਾਂ ਦਾ। ਇਹ ਦੇਖ ਲਓ, ਉਮਰ ਲੰਘਦੀ ਜਾ ਰਹੀ ਨੂੰ ਵਰ ਦਈ, ਉਮਰ ਲੰਘਦੀ ਜਾ ਰਹੀ, ਉਮਰ ਲੰਘਦੀ ਜਾ ਰਹੀ ਨੂੰ ਵਰ ਦਈ। ਆਹ ਦੇਖੋ, ਠੀਕ ਹੈ ਜੀ, ਪਹਿਲਾ ਮਤਲਾ ਸੀਗਾ, ਠੀਕ ਹੈ ਪਹਿਲਾ ਸ਼ੇਅਰ ਹੋ ਗਿਆ ਅਤੇ ਦੂਜਾ ਸ਼ੇਅਰ ਹੋ ਗਿਆ। ਹਰ ਸੁਹਾਗਣ ਦਾ ਜਿੰਦਾ ਰਹੇ ਇਸ ਦਾ ਰਹੇ ਜਿੰਦਾ ਸੁਹਾਗ, ਉਮਰ ਲੰਘਦੀ ਨੂੰ ਜਾ ਰਹੀ ਨੂੰ ਵਰ ਦਈ। ਮਤਲਬ ਮਿਸਰੇ ਦਾ ਜਿਹੜਾ ਸਾਡੇ ਕੋਲ ਇਸਦੇ ਦੂਸਰੇ ਮਿਸਰੇ ਦੇ ਵਿੱਚ ਤਕਰੀਬਨ ਅੰਦਾਜ਼ਾ ਨਾ, ਮਤਲਬ ਇੱਥੇ ਥੋੜ੍ਹਾ ਜਿਹਾ ਅਸੀਂ ਵੈਸੇ ਮੇਰੇ ਹਿਸਾਬ ਨਾਲ ਤਾਂ ਸਹੀ ਆ, ਇਹ ਕਹਿ ਸਕਦੇ ਹਾਂ, ਕਿਉਂਕਿ ਇੱਕ ਦੋ ਜਿੱਥੇ ਕਿ ਅਸੀਂ ਕੀਤੀ ਹੈ ਪਰਖ ਉਹਦੇ ਮੁਤਾਬਕ ਅਤੇ, ਪਰ ਫਿਰ ਵੀ ਮਤਲਬ ਤੁਸੀਂ ਸੀ ਟੈਟ ਦੀ ਉੱਤਰ ਪੱਤਰੀ ਨੂੰ ਇੱਥੇ ਉਡੀਕ ਲਓ ਕਿ ਉਹ ਕੀ ਕਹਿੰਦੇ ਆ, ਠੀਕ ਹੈ ਨਾ ਜੀ। ਬਾਕੀ ਪੜ੍ਹਦੇ ਹੋ ਪੰਜਾਬ ਕੋਈ ਵੀ ਕਹਿੰਦੇ ਨਾ ਭਾਸ਼ਾ, ਭਾਸ਼ਾ ਨੂੰ ਜਿੰਨਾ ਪੜ੍ਹ ਲਈ ਉਨਾ ਥੋੜ੍ਹਾ, ਅਤੇ ਜਿੰਨਾ ਸਮਝ ਲਈ ਉਨਾ ਥੋੜ੍ਹਾ। ਭਾਸ਼ਾ ਦੇ ਉਚਾਰਨ ਦੇ ਵਿੱਚ ਵੀ ਮੇਰੇ ਕਦੇ ਨਾ ਕਦੇ ਗਲਤੀ ਹੋ ਜਾਂਦੀ, ਇੱਥੋਂ ਬੋਲਣ ਲੱਗਿਆ। ਇਹਦਾ ਕਾਰਨ ਮੈਂ ਅੱਗੇ ਦੱਸ ਚੁੱਕੀ ਹਾਂ ਕਿ ਭੂਗੋਲਿਕ ਕਾਰਨ, ਉਹਦੇ ਲਈ ਵੀ ਮਾਫੀ ਚਾਹੁੰਦੇ ਹਾਂ, ਪਰ ਫਿਰ ਵੀ ਤੁਸੀਂ ਦੇਖੋ ਕਿ ਕਮੀਆਂ ਕਿਤੇ ਨਾ ਕਿਤੇ ਰਹਿ ਜਾਂਦੀਆਂ ਨੇ। ਚਲੋ ਸਾਡੇ ਕੋਲ ਜਿਹੜੇ ਜਵਾਬ ਨੇ ਇੰਨੇ ਕੁ ਆਪਾਂ ਕਰ ਲੈਂਦੇ ਜੀ 105 ਤੱਕ, ਅਤੇ ਤੁਸੀਂ ਓਨਾ ਹੀ ਵੱਧ ਤੋਂ ਵੱਧ ਦੇਖੋ ਜੇ ਸ਼ੇਅਰ ਕਰੂੰਗੇ ਅੱਗੇ ਜਿਹੜੀ ਪੈਡਾਗੋਜੀ ਆ ਉਹ ਆਪਾਂ ਨਾਲ ਦੀ ਨਾਲ ਵੀਡੀਓ ਬਣਾ ਦਾਂਗੇ, ਹੈ ਨਾ। ਅਤੇ ਪਰ ਉਹ ਵੀਡੀਓ ਬਣਾਉਣ ਲਈ ਤੁਸੀਂ ਸਾਥ ਦੇਣਾ, ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ, ਦੋਸਤਾਂ ਮਿੱਤਰਾਂ ਤੱਕ ਪਹੁੰਚ ਕਰਨੀ ਆ, ਫਿਰ ਆਪਾਂ ਦੂਜੀ ਭਾਸ਼ਾ ਦਾ ਵੀ ਹੱਲ ਕਰਾਂਗੇ, ਠੀਕ ਹੈ ਨਾ ਜੀ। ਜਿਵੇਂ ਜਿਵੇਂ ਤੁਸੀਂ ਦੱਸੋਗੇ ਚੈਨਲ ਨਾਲ ਜੁੜੇ ਰਹੋ, ਵੱਧ ਤੋਂ ਵੱਧ ਅਗਲੇ ਆਉਣ ਵਾਲੇ ਇਮਤਿਹਾਨਾਂ ਦੀ ਤਿਆਰੀ ਲਈ ਚੈਨਲ ਨਾਲ ਦੇ ਨਾਲ ਜੁੜ ਜਾਓ। ਖਾਸ ਤੌਰ 'ਤੇ ਜਿਹੜੇ ਆਪਣੇ ਰਾਜਸਥਾਨ ਵਾਲੇ ਜਿਹੜੇ ਦੋਸਤ ਸੀਗੇ ਇਸ ਪਰਿਵਾਰ ਦੇ ਮੈਂਬਰ, ਉਹਨਾਂ ਦੀ ਮੰਗ ਦੇ ਮੁਤਾਬਕ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਸਿਲੇਬਸ ਦੇ ਮੁਤਾਬਕ ਤਿਆਰੀ ਕਰਵਾਉਣ ਦੀ। ਦੇਖੋ ਵਾਅਦਾ ਮੈਂ ਕਦੇ ਵੀ ਨਹੀਂ ਕਰਦਾ ਕਿ ਵਾਅਦਾ ਮੁਸ਼ਕਲ ਆ ਥੋੜ੍ਹਾ ਜਿਹਾ, ਹੈ ਨਾ, ਜ਼ਿੰਦਗੀ ਦਾ ਪਤਾ ਨਹੀਂ, ਭਰੋਸਾ ਕੋਈ ਨਹੀਂ, ਅਤੇ ਪਰ ਫਿਰ ਵੀ ਕੋਸ਼ਿਸ਼ ਮੈਂ ਸਭ ਤੋਂ ਵਰਤਦਾ ਹੁੰਦਾ ਕਿ ਕਰਾਂਗੀ, ਠੀਕ ਹੈ ਨਾ ਜੀ। ਅਤੇ ਫਿਰ ਹੁਣ ਇੱਦਾਂ ਕਰਦੇ ਹਾਂ, ਜ਼ਿੰਮੇਵਾਰੀਆਂ ਦੇ ਨਾਲ ਨਾਲ ਥੋੜ੍ਹਾ ਜਿਹਾ ਸਮਾਂ ਘੱਟ ਹੈ, ਅਤੇ ਬਸ ਇੱਕ ਇੰਨੀ ਕੁ ਗੱਲ ਆ ਕਿ ਜ਼ਰੂਰ ਇਹਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ, ਅਤੇ ਆਪਾਂ ਨਾਲ ਦੀ ਨਾਲ ਅਗਲੀ ਵੀਡੀਓ ਬਣਾਵਾਂਗੇ। ਹਾਜੀ ਵਾਜੇ ਰਹੋ, ਰੱਬ ਰੱਖਾ, ਨਵੀਂ ਵੀਡੀਓ ਦੇ ਨਾਲ ਬਹੁਤ ਜਲਦੀ ਮਿਲਦੇ ਹਾਂ ਜੀ। ਧੰਨਵਾਦ।